ਮੇਰਾ ਨਾਮ ਪਰਮਜੀਤ ਸਿੰਘ ਹੈ। ਸੋ ਸਾਰੀ ਸਿੱਖ ਸੰਗਤ ਦੇ ਤੌਰ 'ਤੇ ਕਾਲ ਦਿੱਤੀ, ਸਾਰੀ ਸਿੱਖ ਸੰਗਤ ਹੀ ਇੱਥੇ ਆਈ ਹੈ, ਕੋਈ ਜਥੇਬੰਦੀ ਵੱਲੋਂ ਨਹੀਂ ਆਏ ਸੀ। ਅਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਨਾ, ਜਿਹੜੀ ਫਿਲਮ ਆ ਰਹੀ ਆ ਮੀਰੀ ਪੀਰੀ, ਜਿਹਦੇ ਵਿੱਚ ਗੁਰੂ ਸਾਹਿਬ ਨੂੰ ਅਤੇ ਸਿੱਖ ਸ਼ਖਸੀਅਤਾਂ ਨੂੰ ਕਾਰਟੂਨ ਦੇ ਰੂਪ 'ਚ ਵਿਖਾਇਆ ਗਿਆ। ਸੋ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਵਿਰੋਧ ਕੀ ਕਰ ਰਹੇ ਹਾਂ ਕਿ ਅਸੀਂ ਪਹਿਲਾਂ ਤਾਂ ਇਹ ਜਾਗਰੂਕ ਕਰ ਰਹੇ ਹਾਂ ਆਪਣੇ ਸਿੱਖਾਂ ਨੂੰ, ਆਪ ਜਾਗਰੂਕ ਹੋ ਰਹੇ ਹਾਂ। ਅਤੇ ਅਸੀਂ ਸ਼੍ਰੋਮਣੀ ਕਮੇਟੀ ਦੇ ਅੱਗੇ ਇੱਕ ਸਵਾਲ ਕਰ ਰਹੇ ਹਾਂ ਕਿ ਕੀ ਜਿਹੜਾ 1934 ਵਿੱਚ 20 ਫਰਵਰੀ 1934 ਨੂੰ ਤੁਸੀਂ ਮਤਾ ਪਾਸ ਕੀਤਾ ਸੀ ਕਿ ਤੁਸੀਂ ਸਿੱਖ ਗੁਰੂ, ਸਿੱਖ ਮਹਾਂਪੁਰਖ, ਸਿੱਖ ਸੰਸਕਾਰ, ਸਿੱਖ ਸਾਖੀਆਂ ਅਤੇ ਸਿੱਖ ਸ਼ਹੀਦਾਂ ਉੱਤੇ ਕੋਈ ਰੋਲ ਨਹੀਂ ਹੋ ਸਕਦਾ, 85 ਸਾਲ ਪਹਿਲਾਂ ਮਤਾ ਪਾਸ ਕੀਤਾ ਸੀ, ਕੀ ਤੁਸੀਂ ਅੱਜ ਉਹ ਮਤਾ ਰੱਦ ਕਰ ਰਹੇ ਹੋ? ਇਹ ਸਾਨੂੰ ਐਲਾਨ ਕਰਕੇ ਦੱਸੋ ਕਿ ਅਸੀਂ ਉਹ ਮਤਾ ਰੱਦ ਕਰ ਰਹੇ ਹਾਂ, ਨਵਾਂ ਮਤਾ ਤੁਸੀਂ ਕਿਹੜਾ ਪਾ ਰਹੇ ਹੋ ਉਹਦੇ ਬਾਰੇ ਦੱਸੋ। ਜਿਹੜੀ ਗੱਲ ਇਹ ਕਹਿ ਰਹੇ ਕਿ ਅਸੀਂ ਫਿਲਮ ਦਾ ਰਿਵਿਊ ਕਰ ਰਹੇ ਹਾਂ, ਉਹ ਇਹ ਗੱਲ ਕਹਿਣੀ ਹੈ ਆਪਣੇ ਆਪ 'ਚ ਬੇਈਮਾਨੀ ਹੈ। ਫਿਲਮ ਰਿਵਿਊ ਹੋ ਨਹੀਂ ਸਕਦੀ, ਕਿਉਂਕਿ ਜੇ ਇਕੱਲੀ ਗੱਲ ਵੀਡੀਓ ਦੀ ਨਹੀਂ ਹੈ, ਗੱਲ ਆਡੀਓ ਦੀ ਵੀ ਆ, ਕੀ ਗੁਰੂ ਦੀ ਆਵਾਜ਼ ਕੱਢੀ ਜਾ ਸਕਦੀ ਆ? ਕੀ ਗੁਰੂ ਦਾ ਬਿੰਬ ਕਿਸੇ ਵੀ ਤਰੀਕੇ ਨਾਲ ਸੱਜਿਆ ਜਾ ਸਕਦਾ? ਗੁਰੂ ਦਾ ਪਰਛਾਵਾਂ, ਗੁਰੂ ਦੀ ਆਕ੍ਰਿਤੀ ਯਾਨੀ ਅਪੀਅਰੈਂਸ, ਗੁਰੂ ਦਾ ਆਵਾਜ਼, ਗੁਰੂ ਦੀ ਸ਼ਕਲ, ਗੁਰੂ ਦੇ ਹਾਵ ਭਾਵ ਕੁਛ ਵੀ ਪੇਸ਼ ਕੀਤਾ ਜਾ ਸਕਦਾ ਵਾ? ਜੇ ਨਹੀਂ ਕੀਤਾ ਜਾ ਸਕਦਾ, ਫਿਰ ਸਿੱਧਾ ਕਹਿਣ ਵੀ ਇਹ ਫਿਲਮ ਨੂੰ ਬਣਾਉਣ ਵਾਲੇ ਬੇਦਖਲ ਆ, ਜਾਂ ਐਸੀ ਜਿਹੜੀ ਵਜਰ ਕਰਾਇਆ 'ਤੇ ਆ, ਇਹ ਪੰਛੀ ਨਹੀਂ ਅਕਸੈਪਟੇਬਲ ਹੈ, ਨਹੀਂ ਹੈਗੀ, ਇਹ ਮਨਜ਼ੂਰੀ ਨਹੀਂ ਇਹਨੂੰ ਮਿਲ ਸਕਦੀ। ਇਹ ਕਹਿਣ 'ਚ ਕੀ ਇਤਰਾਜ ਆ? ਕਿਉਂ ਨਹੀਂ ਕਿਹਾ ਕਿ ਜਾ ਰਿਹਾ? ਸੋ ਇਹਦੇ ਵਿੱਚ ਕੀ ਆ ਕਿ ਵਪਾਰੀ ਵਰਗ ਵੀ ਲੱਗਾ ਹੋਇਆ ਵਾ, ਉਹ ਸਾਡੇ ਭੋਲੇ ਲੋਕ ਵੀ ਆ ਜਿਹੜੀ ਗੱਲ ਨੂੰ ਨਹੀਂ ਸਮਝਦੇ ਅਤੇ ਉਹਦਾ ਪ੍ਰਚਾਰ ਕਰ ਰਹੇ ਆ, ਉਹ ਸ਼ੈਤਾਨ ਪਿਛੇਰ ਖਾਲੂ ਲੋਕ ਵੀ ਬੈਠੇ ਆ ਜਿਹੜੇ ਚਾਹੁੰਦੇ ਆ ਕਿ ਪੰਥ ਵਿੱਚ ਕੋਈ ਨਵੀਂ ਪਿਰਤ ਇੱਦਾਂ ਦੀ ਪਵੇ। ਅਤੇ ਇੱਦਾਂ ਸਾਨੂੰ ਸਾਰਿਆਂ ਦਾ ਇੱਕੋ ਇਲਾਜ ਆ ਕਿ ਸੰਗਤੀ ਰੂਪ 'ਚ ਇਕੱਠੇ ਹੋਈਏ। ਮੇਰੀ ਜਿਹੜੀ ਬੇਨਤੀ ਆ ਪੰਥ ਅੱਗੇ, ਸਾਰੀ ਸਿੱਖ ਸੰਗਤ ਅੱਗੇ, ਕਿ ਉਹ ਸੜਕਾਂ 'ਤੇ ਉਤਰੋ, ਇਹ ਕੋਈ ਛੋਟੀ ਮੋਟੀ ਗਲਤੀ ਨਹੀਂ ਆ, ਇਹ ਦਹਾਕੇ ਜਾਂ ਸਹਿ ਹੋ ਸਕਦਾ ਸਦੀਆਂ ਤੱਕ ਅਸੀਂ ਇਹਦੀ ਭਰਪਾਈ ਨਾ ਕਰ ਸਕੀਏ। ਵੀ ਇਸ ਬੰਦੇ ਕਾਲ ਤੱਕ ਨੂੰ ਜਥੇਦਾਰ ਨੂੰ ਮਿਲੇ? ਦੇਖੋ, ਇਹ ਪਰਸਨਲੀ ਇੱਕ ਬੰਦੇ ਦਾ ਮੁੱਦਾ ਨਹੀਂ। ਪਹਿਲੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਕਾਲ ਤਖਤ ਦੇ ਸਰਕਾਰੀ ਇੰਡੀਅਨ ਜਥੇਦਾਰ ਆ, ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਚੁੱਕਿਆ, ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ? ਉਹਨਾਂ ਨੂੰ ਈਮੇਲ ਰਾਹੀਂ ਵੀ ਪਤਾ ਲੱਗ ਗਿਆ, ਉਹਨਾਂ ਨੂੰ ਫੇਸਬੁੱਕ ਰਾਹੀਂ ਵੀ ਪਤਾ ਲੱਗ ਗਿਆ, ਇੰਡੀਵਿਜੁਅਲੀ ਲੋਕ ਵੀ ਉਹਨਾਂ ਨੂੰ ਪਰਸਨਲੀ ਮਿਲੇ ਜਾ ਕੇ ਵਿਅਕਤੀ ਵੀ, ਫਿਰ ਉਹਨਾਂ ਨੇ ਇਸ ਦੇ ਉੱਤੇ ਕਿਉਂ ਨਹੀਂ ਅਜੇ ਤੱਕ ਕਾਰਵਾਈ ਕੀਤੀ? ਉਹਨਾਂ ਨੂੰ ਸਭ ਆ ਕੇ ਮਿਲਣ, ਪੰਥ ਦੇ ਅਸੀਂ ਬੰਦੇ ਹਾਂ, ਅਸੀਂ ਬੈਠੇ ਹੋਏ ਹਾਂ, ਸਾਨੂੰ ਆ ਕੇ ਮਿਲਣ, ਵੀ ਸਿੱਖ ਸੰਗਤ ਕਿਉਂ ਬੈਠੀ ਆ? ਇਹ ਉਹਨਾਂ ਦਾ ਫਰਜ਼ ਆ। ਜੇ ਤੁਹਾਡੀ ਇਹ ਮੰਗ ਨਹੀਂ ਪੂਰੀ ਕਰਦੇ, ਫਿਰ ਤੁਹਾਡਾ ਅਗਲਾ ਕਦਮ ਕੀ ਹੋਏਗਾ? ਦੇਖੋ ਜੀ, ਉਹਦੇ ਹੁਣ ਸਮੇਂ ਦੇ ਮੁਤਾਬਕ ਹੀ ਅਸੀਂ ਇਹ ਚਾਹੁੰਦੇ ਹਾਂ ਵੀ ਹਰ ਹੀਲੇ, ਇਸ ਤੋਂ ਇਲਾਵਾ ਵੀ ਕੁਛ ਕੀਤਾ ਜਾਵੇ ਕਿ ਕਰਨਾ ਚਾਹੀਦਾ ਸਿੱਖ ਨੂੰ, ਸਿੱਖ ਨੂੰ ਇਹ ਫਿਲਮ ਪਾਸ ਨਹੀਂ ਕਰਨ ਦੇਣੀ ਚਾਹੀਦੀ, ਅਤੇ ਸ਼੍ਰੋਮਣੀ ਕਮੇਟੀ ਇਹਦੇ ਉੱਤੇ ਆਪਣਾ ਪੱਖ ਪੇਸ਼ ਕਰੇ ਪੰਥ ਅੱਗੇ, ਅਸੀਂ ਇਹ ਚਾਹੁੰਦੇ ਹਾਂ। ਅਤੇ ਸਿੱਖ ਸੰਗਤ ਜਾਗੇ, ਅੱਗੇ ਕੀ ਕਰਨਾ ਵਾ ਉਹ ਸਮੇਂ ਮੁਤਾਬਕ ਆ, ਪਰ ਇਹ ਮੈਂ ਆਪਣੇ ਬੇਨਤੀ ਕਰਦਾ ਵੀ ਕਿਸੇ ਵੀ ਕਿਸਮ ਨਾਲ ਸਾਨੂੰ ਇਹ ਜਿਹੜੀ ਫਿਲਮ ਆ ਪ੍ਰਵਾਨ ਨਹੀਂ ਕਰਨੀ ਚਾਹੀਦੀ, ਇਹ ਕੈਂਸਲ ਕਰਾਉਣੀ ਚਾਹੀਦੀ ਹਰ ਪੱਖ ਤੋਂ। ਹਾਂਜੀ, ਇਸ ਤੋਂ ਟੂ ਰੋਂਗ ਡਜ਼ਨਟ ਮੇਕ ਵਨ ਰਾਈਟ। ਜੇ ਇੱਕ ਵਾਰੀ ਗਲਤੀ ਹੋ ਗਈ ਆ ਜਾਂ ਇੱਕ ਗਲਤੀ ਕਰਕੇ ਦੂਜੀ ਗਲਤੀ ਐਕਸੈਪਟ ਨਹੀਂ ਹੋ ਜਾਂਦੀ, ਉਦੋਂ ਸਾਡੇ ਕੋਲ ਭੁੱਲ ਹੋਈ ਆ, ਕਿਉਂਕਿ ਉਹ ਪਹਿਲਾਂ ਇੱਕ ਵਾਰੀ ਪੇਸ਼ ਹੋਇਆ ਸੀ, ਉਹਦਾ ਲੋਕਾਂ ਨੇ ਨਤੀਜਾ ਵੇਖਿਆ, ਕਈ ਲੋਕ ਇਸ਼ਾਰੇ ਨਾਲ ਸਮਝ ਜਾਂਦੇ ਆ, ਕਈ ਬੋਲੀ ਨਾਲ ਸਮਝਦੇ ਆ, ਕਈ ਫਿਰ ਚਪੇੜ ਦੀ ਦਰਦ ਤੋਂ ਸਮਝਦੇ ਆ। ਸੋ ਅਸੀਂ ਢੀਠ ਵੀ ਕਲੋ ਹੋ ਚੁੱਕੇ ਹਾਂ, ਅਸੀਂ ਫਿਰ ਉਹਦਾ ਖੰਬਿਆਨਾ ਜਿਹੜਾ ਪੰਥ ਨੇ ਭੁਗਤਿਆ ਵੇਖ ਰਿਹਾ ਵਾ, ਕਿੱਦਾਂ ਫੋਟੋਆਂ ਲੱਗ ਰਹੀਆਂ, ਉਦੋਂ ਨਹੀਂ ਕੀਤਾ ਤਾਂ ਹੁਣ ਕਰੋ, ਜੇ ਪਹਿਲਾਂ ਨਹੀਂ ਕੀਤਾ ਤਾਂ ਹੁਣ ਕਰੋ।